ਨਾਲ ਸਖਸ਼ਮ ਅਗਰਵਾਲ ਨੇ ਮੈਡੀਕਲ ਕਾਲਜ ਵਿੱਚ ਦਾਖਲੇ ਲਈ ਰਾਸ਼ਟਰੀ ਪੱਧਰ ਤੇ ਲਈ ਗਈ ਨੀਟ ਪ੍ਰੀਖਿਆ ਵਿੱਚ 720 ਵਿੱਚੋਂ ਪੂਰੇ 720 ਅੰਕ ਪ੍ਰਾਪਤ ਕਰਕੇ ਪੂਰੇ ਭਾਰਤ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਖਸ਼ਮ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਇਹ ਰਿਕਾਰਡ ਕਾਇਮ ਕਰ ਦਿੱਤਾ ਹੈ। ਸਖਸ਼ਮ ਦੇ ਪਰਿਵਾਰ, ਦੋਸਤਾਂ ਅਤੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਹੈ, ਜਿਸਨੇ ਨੀਟ ਵਰਗੀ ਔਖੀ ਪ੍ਰੀਖਿਆ ਵਿੱਚ ਇੱਕ ਵੀ ਪ੍ਰਸ਼ਨ ਦਾ ਜਵਾਬ ਗਲਤ ਨਹੀਂ ਦਿੱਤਾ। ਤੁਹਾਨੂੰ ਦੱਸ ਦਈਏ ਕਿ ਇਸ ਵਾਰ ਦੇਸ਼ ਭਰ ਤੋਂ ਲਗਭਗ 24 ਲੱਖ ਉਮੀਦਵਾਰਾਂ ਨੇ ਨੀਟ ਦੀ ਪ੍ਰੀਖਿਆ ਦਿੱਤੀ ਸੀ। ਸੰਘੇਸ਼ਵਰ ਬਾਜ਼ਾਰ ਵਾਸੀ ਡਾਕਟਰ ਚੇਤਨ ਅਗਰਵਾਲ ਅਤੇ ਮਾਇਆ ਅਗਰਵਾਲ ਦੇ ਪੁੱਤਰ ਸਖਸ਼ਮ ਨੇ ਇਹ ਉਪਲਬਧੀ ਹਾਸਲ ਕਰਕੇ ਨਾ ਸਿਰਫ ਸੰਘੇਸ਼ਵਰ ਬਲਕਿ ਪੂਰੇ ਬਿਹਾਰ ਦਾ ਨਾਂ ਰੋਸ਼ਨ ਕੀਤਾ। ਪ੍ਰੀਖਿਆ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਪੂਰਾ ਸੰਘੇਸ਼ਵਰ ਆਲ ਇੰਡੀਆ ਟਾਪਰ ਸੂਚੀ ਵਿੱਚ ਆਪਣਾ ਨਾਮ ਵੇਖ ਕੇ ਮਾਣ ਮਹਿਸੂਸ ਕਰ ਰਿਹਾ। ਉਸਦੇ ਮਾਤਾ ਪਿਤਾ ਨੂੰ ਆਪਣੇ ਪੁੱਤਰ ਦੀ ਪ੍ਰਾਪਤੀ ਦੇ ਮਾਣ ਹੈ। ਤੁਹਾਨੂੰ ਦੱਸ ਦਈਏ ਕਿ ਸਖਸ਼ਮ ਦੇ ਪਿਤਾ ਵੀ ਡਾਕਟਰ ਹਨ ਤੇ ਹੁਣ ਉਹਨਾਂ ਦਾ ਬੇਟਾ ਵੀ ਇਸੇ ਰਸਤੇ ਤੇ ਚੱਲ ਰਿਹਾ। ਹੈਲੋ, ਮੈਂ ਸਖਸ਼ਮ ਅਗਰਵਾਲ ਹੂੰ ਔਰ ਮੇਰੇ ਨੀਟ 2024 ਮੇ AIR ਰੈਂਕ 1 ਵਿਦ ਅ ਸਕੋਰ ਆਫ 720/720 ਆਇਆ। ਮੈਨੇ ਯਹੀ ਸਿਲੀਗੁੜੀ ਮੇ ਆਕਾਸ਼ ਕੋਚਿੰਗ ਮੇ 2 ਸਾਲ ਕਾ ਪੜ੍ਹਾਈ ਕੀਆ ਥਾ। ਰੋਜ਼ ਲੈਕਚਰਸ ਲੀਏ, ਨੋਟਸ ਕੋ ਬੜੀਆਂ ਸੇ ਲਿਖਾ, ਜਿਤਨਾ ਵੀ ਟੀਚਰਸ ਬਤਾਤੇ ਥੇ ਉਨਕੋ ਧਿਆਨ ਸੇ ਪੜ੍ਹਾ। ਉਸਕੇ ਬਾਅਦ ਘਰ ਜਾ ਕੇ MCQ ਪ੍ਰੈਕਟਿਸ ਕੀਏ, ਰੈਗੂਲਰਲੀ ਟੈਸਟ ਵਗੈਰਾ ਹੋਤੇ ਥੇ ਤੋ ਵੋ ਦੀਏ। ਫਰੈਂਡਸ ਔਰ ਟੀਚਰ ਕਾ ਬਹੁਤ ਹੀ ਅੱਛਾ ਸਪੋਰਟ ਸਿਸਟਮ ਥਾ, ਜਿਸਕੇ ਥਰੂ ਮੈਂ ਇਤਨਾ ਬੜੀਆਂ ਰਿਜ਼ਲਟ ਲਾ ਪਾਇਆ। ਔਰ ਮੈਂ ਆਗੇ ਆਨੇ ਵਾਲੀ ਨੀਟ ਐਸਪੀਰੈਂਟਸ ਕੋ ਬਤਾਨਾ ਚਾਹੂੰਗਾ ਕਿ ਜੈਸਾ ਕਿ ਹਮ ਦੇਖ ਸਕਦੇ ਕੰਪਟੀਸ਼ਨ ਬੜ ਰਹਾ ਹੈ, ਤੋ ਸੈਲਫ ਡਿਸਿਪਲਿਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੈਲਫ ਸਟੱਡੀ ਕਾ ਵੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਮਤਲਬ ਆਪਕੋ ਲਿਮਿਟਿਡ ਰਿਸੋਰਸਿਸ ਰੱਖਣਾ ਹੈ, ਇੱਕ ਹੀ ਰਿਸੋਰਸ ਕੋ ਬਾਰ ਬਾਰ ਕਰਨਾ ਹੈ, ਉਸਸੇ ਕਾਨਸੈਪਟ ਵੀ ਅੱਛੇ ਹੋਣਗੇ ਔਰ ਮਾਰਕਸ ਵੀ ਆਏਗੇ। ਔਰ ਸੋਸ਼ਲ ਮੀਡੀਆ ਕੇ ਡਿਸਟ੍ਰੈਕਸ਼ਨ ਸੇ ਵੀ ਦੂਰ ਰਹਿਣ ਕੀ ਐਡਵਾਈਸ ਦੂੰਗਾ।